ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਵੱਲੋਂ ਡੀਸੀ ਗੁਰਦਾਸਪੁਰ ਦੀ ਇੱਕ ਹਵਾਲਾ ਇੱਕ ਚਿੱਠੀ ਜਿਹੜੀ ਜਾਰੀ ਹੋਈ ਉਹਦੇ 'ਚ ਇਹ ਲਿਖਿਆ ਗਿਆ ਕਿ ਇੱਕ ਸ਼ਿਕਾਇਤ ਦੇ ਹਵਾਲੇ ਦੇ ਉੱਤੇ ਇੱਕ ਆਰਡਰਸ ਜਾਰੀ ਕੀਤੇ ਗਏ ਨੇ ਕਿ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਵੀ ਅਧਿਆਪਕ ਜਿਹੜਾ ਉਹ ਮੋਬਾਈਲ ਦੀ ਵਰਤੋਂ ਨਹੀਂ ਕਰੇਗਾ ਔਰ ਮੋਬਾਈਲ ਦੀ ਵਰਤੋਂ 'ਤੇ ਬਿਲਕੁਲ ਰੋਕ ਲਗਾਈ ਗਈ ਹੈ ਟੀਚਰਸ ਨੂੰ ਔਰ ਟੀਚਰਸ ਇਸ ਦੌਰਾਨ ਆਪਣੀ ਪੜ੍ਹਾਈ ਜਦੋਂ ਕਲਾਸਿਸ ਲਗਾ ਰਹੇ ਨੇ ਉਹ ਮੋਬਾਈਲ ਆਪਣੇ ਬੰਦ ਰੱਖਣਗੇ ਜਾਂ ਜਿਹੜੇ ਸਕੂਲ ਦੇ ਮੁਖੀ ਨੇ ਜਿਹੜੇ ਪ੍ਰਿੰਸੀਪਲਸ ਨੇ ਜਾਂ ਜਿਹੜੇ ਸਕੂਲ ਦੇ ਮੁਖੀ ਨੇ ਉਹਨਾਂ ਨੂੰ ਜਮ੍ਹਾਂ ਕਰਾਉਣਗੇ। ਆਪਾਂ ਗੱਲ ਕਰਦੇ ਹਾਂ ਕਿ ਇਸ ਆਰਡਰਸ ਨੂੰ ਕਿਵੇਂ ਇੰਪਲੀਮੈਂਟ ਕੀਤਾ ਜਾ ਰਿਹਾ ਔਰ ਕਦੋਂ ਤੋਂ ਇਹ ਆਰਡਰਸ ਆਏ ਨੇ। ਪ੍ਰਿੰਸੀਪਲ ਸਾਹਿਬ, ਕਦੋਂ ਤੋਂ ਇਹ ਆਰਡਰਸ ਆਏ ਨੇ ਔਰ ਕੀ ਨੇ ਆਰਡਰ? ਸਰ, ਇਹ ਆਰਡਰ ਪਿਛਲੇ 10 ਕੁ ਦਿਨਾਂ ਤੋਂ ਆਏ ਨੇ। ਡੀਸੀ ਸਾਹਿਬ ਨੂੰ ਆਰਡਰ ਨੇ, ਉਹਨਾਂ ਆਰਡਰ ਦੇ ਅਕੋਰਡਿੰਗਲੀ ਸਾਡੇ ਕੋਲ ਅਸੀਂ ਮਾਰਨਿੰਗ ਦੇ ਵਿੱਚ ਆਪਣੇ ਅਧਿਆਪਕ ਸਾਥੀਆਂ ਕੋਲੋਂ ਮੋਬਾਈਲ ਫੋਨ ਉਹ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੰਦੇ ਨੇ ਅਤੇ ਜਾ ਸ਼ਾਮੀ ਜਾਣ ਲੱਗੇ ਮੋਬਾਈਲ ਫੋਨ ਲੈ ਲੈਂਦੇ ਨੇ। ਬੜਾ ਹੀ ਵਧੀਆ ਵਾ, ਬਹੁਤ ਹੀ ਅੱਛਾ ਵਾ, ਜਿਹੜਾ ਇਸ ਦੇ ਨਾਲ ਹੋਰ ਵੀ ਜਿਹੜੀ ਹੈ ਇੰਪਰੂਵਮੈਂਟ ਦੇ ਚਾਂਸਿਸ ਹੈ। ਲੇਕਿਨ ਇਹ ਲੱਗਦਾ ਕਿ ਇਹ ਆਰਡਰਸ ਦਾ ਕੋਈ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਾਂ ਕੋਈ ਪ੍ਰੋਟੈਸਟ ਸ਼ੋਅ ਕੀਤਾ ਜਾ ਰਿਹਾ? ਹਾਲੇ ਤੱਕ ਸਰ ਕਿਸੇ ਵੀ ਅਧਿਆਪਕ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਪ੍ਰੋਟੈਸਟ ਨਹੀਂ ਕੀਤਾ ਗਿਆ। ਲੇਕਿਨ ਬਹੁਤ ਐਸੇ ਕੰਮ ਹੋਣਗੇ ਜਿਹੜੇ ਕਿ ਜ਼ਿਲ੍ਹਾ ਸਿੱਖਿਆ ਅਫਸਰ ਜਾਂ ਜਿਹੜੇ ਤੁਹਾਡੇ ਅਧਿਕਾਰੀ ਨੇ ਜਾਂ ਜਿਹੜੇ ਡਿਪਾਰਟਮੈਂਟ ਵੱਲੋਂ ਵਟਸਐਪ ਗਰੁੱਪ ਵੀ ਚੱਲਦੇ ਨੇ, ਜੇ ਆਨਲਾਈਨ ਸਟੱਡੀਜ਼ ਦੀ ਗੱਲ ਕਰੀਏ ਤਾਂ ਉਹ ਵੀ ਮੋਬਾਈਲ ਦਾ ਹੀ ਹਿੱਸਾ, ਮੋਬਾਈਲ ਉਹਦੇ 'ਚ ਮੁੱਖ ਹਿੱਸਾ ਰਹੇ ਨੇ। ਤੇ ਜੇ ਮੋਬਾਈਲ ਤੁਸੀਂ ਟੀਚਰਸ ਇੱਥੇ ਐਡਮਿਟ ਕਰਨਗੇ ਜਾਂ ਮੋਬਾਈਲ ਨਹੀਂ ਯੂਜ਼ ਕਰਨਗੇ ਤਾਂ ਫਿਰ ਕਿਵੇਂ ਉਹ ਚੀਜ਼ਾਂ ਨਾਲ ਜੁੜੇ ਰਹਿਣਗੇ? ਸੋ ਸਰ, ਜਿਹੜੀ ਆਨਲਾਈਨ ਸਟੱਡੀ ਦੀ ਤੁਸੀਂ ਗੱਲ ਕੀਤੀ, ਆਨਲਾਈਨ ਸਟੱਡੀ ਦੇ ਵਿੱਚ ਬਿਲਕੁਲ ਹੀ ਇਹ ਗੱਲ 100% ਹੈਗੀ ਹੈ ਕਿ ਮੋਬਾਈਲ ਫੋਨ ਦੀ ਵਰਤੋਂ ਤੋਂ ਬਗੈਰ ਉਹ ਚੀਜ਼ ਨਹੀਂ ਹੋ ਸਕਦੀ। ਪਰ ਜਦੋਂ ਤੋਂ ਕਰੋਨਾ ਖਤਮ ਹੋਇਆ ਉਦੋਂ ਤੋਂ ਆਫਲਾਈਨ ਸਿਸਟਮ ਸ਼ੁਰੂ ਹੋ ਗਿਆ ਤਾ ਵੈ। ਆਫਲਾਈਨ ਦੇ ਵਿੱਚ ਸਾਨੂੰ ਆਪ ਨੂੰ ਵੀ ਜਦੋਂ ਇਸ ਚੀਜ਼ ਦਾ ਬੜੀ ਪ੍ਰੋਬਲਮ ਆਈ ਹੈ ਕਿ ਜਦੋਂ ਆਫਲਾਈਨ ਸ਼ੁਰੂ ਹੋ ਗਿਆ ਫਿਰ ਵੀ ਬੱਚੇ ਮੋਬਾਈਲ ਲੈ ਕੇ ਆਉਂਦੇ ਸਨ, ਹੁਣ ਅਸੀਂ ਬੱਚਿਆਂ ਨੂੰ ਮੋਬਾਈਲ ਟੋਟਲੀ ਹੀ ਬੰਦ ਕੀਤੇ ਦੇ ਨੇ। ਜਦੋਂ ਬੱਚੇ ਵੀ ਨਹੀਂ ਲਿਆ ਰਹੇ, ਆਫਲਾਈਨ ਸਟੱਡੀ ਚੱਲਦੇ ਪਈ ਅਤੇ ਉਸ ਦੇ ਨਾਲ ਉਹਨਾਂ ਅਧਿਆਪਕ ਵੱਧ ਤੋਂ ਵੱਧ ਕੰਸੈਂਟਰੇਸ਼ਨ ਦੇ ਨਾਲ ਲਗਾ ਰਹੇ ਨੇ। ਜਿਹੜੇ ਸਰਕਾਰੀ ਕੰਮ ਨੇ ਉਹ ਵਟਸਐਪ ਦੇ ਜ਼ਰੀਏ ਵੀ ਹੁੰਦੇ, ਕਈ ਗਰੁੱਪ ਬਣੇ ਹੋਏ ਆ ਤੁਹਾਡੇ, ਆਫੀਸ਼ੀਅਲ ਗਰੁੱਪ ਸੀ, ਫਿਰ ਉਹਨਾਂ ਨਾਲ ਕਿਵੇਂ ਉਹ ਜਿਹੜੇ ਅਧਿਆਪਕ ਆ ਜੁੜੇ ਰਹਿਣ? ਸੋ ਮੇਰੇ ਕੋਲ ਜਿਹੜਾ ਵਾ ਈ ਪੰਜਾਬ ਉੱਪਰ ਸਾਰੀ ਇਨਫੋਰਮੇਸ਼ਨ ਉਪਲਬਧ ਹੁੰਦੀ ਹੈ। ਕੋਈ ਵੀ ਵਿਦਿਆਰਥੀ, ਕੋਈ ਵੀ ਨਵਾਂ ਪੇਰੈਂਟਸ ਆਉਂਦਾ ਵਾ ਐਡਮਿਸ਼ਨ ਕਰਵਾਉਣ ਲਈ ਆਉਂਦਾ ਤਾਂ ਮੈਂ ਆਪਣੇ ਕੋਲ ਉਹ ਸਿਸਟਮ ਰੱਖਿਆ ਦਾ ਵਾ। ਅਸੀਂ ਉਹਨੂੰ ਉਸੇ ਵਕਤ ਹੀ ਜਾਂ ਕੰਪਿਊਟਰ ਅਧਿਆਪਕ ਉਸੇ ਵਕਤ ਹੀ ਕੰਪਿਊਟਰ ਰੂਮ ਦੇ ਵਿੱਚ ਉਸ ਬੱਚੇ ਨੂੰ ਫੈਚ ਕਰਦੇ ਨੇ, ਠੀਕ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਜਿਹੜਾ ਵਾ ਉਹ ਮੇਰੇ ਕੋਲੋਂ, ਮੇਰੇ ਥਰੂ ਮੈਂ ਪੀਐਨ ਦੇ ਹੱਥ ਸਲਾਹ ਭਜਵਾ ਦਿੰਦਾ ਵਾਂ ਅਤੇ ਉਹ ਅਧਿਆਪਕ ਕੋਲ ਪਹੁੰਚ ਜਾਂਦਾ, ਉਸੇ ਵਕਤ ਕੰਮ ਨੂੰ ਕਰ ਦਿੰਦੇ ਨੇ। ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਭਾਵੇਂ ਕਿ ਇਹ ਆਰਡਰ ਦੇ ਚੱਲਦੇ ਹਾਂ ਸਕੂਲਾਂ ਦੇ ਵਿੱਚ, ਤੁਸੀਂ ਦੇਖ ਸਕਦੇ ਹੋ, ਮੈਂ ਇਹ ਵੀ ਦਿਖਾਵਾਂਗਾ ਕਿ ਮੋਬਾਈਲ ਜਿਹੜੇ ਨੇ ਟੇਬਲ 'ਤੇ ਪਏ ਨੇ, ਪ੍ਰਿੰਸੀਪਲ ਦੇ ਟੇਬਲ 'ਤੇ ਮੋਬਾਈਲ ਫੋਨਸ ਪਏ ਨੇ, ਜਿਹੜੇ ਟੀਚਰਸ ਦੇ ਸਟਾਫ ਦੇ, ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਦਿਖਾਵੇ। ਔਰ ਦੂਸਰੇ ਪਾਸੇ ਆਪਾਂ ਜੇ ਗੱਲ ਕਰੀਏ ਟੀਚਰਸ ਦਾ, ਹਜੇ ਤੱਕ ਜਿਹੜਾ ਪੱਖ ਆ ਉਹ ਜ਼ਰੂਰ ਲਵਾਂਗੇ, ਆਪਾਂ ਹੋਰ ਅਧਿਆਪਕਾਂ ਨਾਲ ਵੀ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਪੱਖ ਆ ਇੱਥੇ, ਕੀ ਪ੍ਰਿੰਸੀਪਲ ਦਾ ਜਿੱਥੇ ਇਹ ਪੱਖ ਸੀ ਸਾਫ਼ ਤੌਰ 'ਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਜਿਹੜੇ ਆਰਡਰਸ ਨੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ। ਔਰ ਆਪਾਂ ਟੀਚਰਸ ਨਾਲ ਵੀ ਗੱਲ ਕਰਦੇ ਹਾਂ ਕਿ ਟੀਚਰਸ ਕੀ ਸੋਚਦੇ ਨੇ, ਔਰ ਟੀਚਰਸ ਜਿਨ੍ਹਾਂ ਦੇ ਫੋਨ ਇੱਥੇ ਸਬਮਿਟਡ ਨੇ, ਜਿਨ੍ਹਾਂ ਦੇ ਫੋਨ ਤੁਸੀਂ ਟੇਬਲ 'ਤੇ ਦੇਖ ਰਹੇ ਸੀ ਉਹਨਾਂ ਦੇ ਫੋਨ ਸਬਮਿਟਡ ਨੇ, ਔਰ ਟੀਚਰਸ ਨਾਲ ਵੀ ਗੱਲ ਕਰਦੇ ਹਾਂ। ਤੁਸੀਂ ਟੀਚਰ ਹੋ ਇੱਥੇ ਸਕੂਲ ਦੇ ਵਿੱਚ? ਹਾਂ, ਇੱਕ ਆਰਡਰ ਜਿਹੜਾ ਜਾਰੀ ਹੋਇਆ ਫੋਨ ਦਾ, ਮੋਬਾਈਲ ਫੋਨ ਜਮ੍ਹਾਂ ਕਰਵਾਉਣੇ ਜਾਂ ਮੋਬਾਈਲ ਫੋਨ ਨਹੀਂ ਯੂਜ਼ ਕਰਨੇ, ਕਿਵੇਂ ਦੇਖਦੇ ਹੋ ਇਸ ਆਰਡਰ ਨੂੰ? ਠੀਕ ਹੈ, ਜੋ ਸਰਕਾਰ ਨੇ ਹੁਕਮ ਕੀਤਾ ਆ ਉਹਦੇ ਮੁਤਾਬਕ ਹੀ ਚੱਲਾਂਗੇ, ਚੱਲਣਾ ਵੀ ਚਾਹੀਦਾ। ਜੇ ਸਰਕਾਰ ਸੋਚਦੀ ਹੈ ਕਿ ਮੋਬਾਈਲ ਕਲਾਸ ਵਿੱਚ ਵਰਤਣ ਨਾਲ ਬੱਚਿਆਂ ਨੂੰ ਨੁਕਸਾਨ ਹੁੰਦਾ ਤਾਂ ਕੋਈ ਗੱਲ ਨਹੀਂ, ਮੋਬਾਈਲ ਬੰਦ ਹੋ ਜਾਂਦੇ ਆ ਤੇ ਪ੍ਰਿੰਸੀਪਲ ਸਾਹਿਬ ਜਮ੍ਹਾਂ ਕਰ ਲੈਂਦੇ ਨੇ ਅਤੇ ਜਾ ਲਗੀਆਂ ਲੈ ਲਈਏ, ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ। ਤੁਹਾਨੂੰ ਲੱਗਦਾ ਕਿ ਜਦੋਂ ਇੱਕ ਮੋਬਾਈਲ ਫੋਨ ਇਕੱਲਾ ਫੋਨ 'ਤੇ ਗੱਲ ਕਰਨ ਵਾਸਤੇ ਹੀ ਨਹੀਂ ਅੱਜ ਸੀਮਤ ਰਹਿ ਗਿਆ, ਮੋਬਾਈਲ ਫੋਨ 'ਤੇ ਹੀ ਸਾਰੇ ਕੰਮ ਨੇ, ਚਾਹੇ ਉਹ ਘੜੀ ਦੀ ਵਰਤੋਂ ਹੋਵੇ, ਚਾਹੇ ਉਹ ਵਟਸਐਪ ਦੀ, ਕਿਉਂਕਿ ਅੱਜ ਮੁੱਖ ਤੌਰ 'ਤੇ ਵਟਸਐਪ ਹੈ, ਕਿਉਂਕਿ ਸ਼ਾਇਦ ਤੁਹਾਡੇ ਆਫੀਸ਼ੀਅਲ ਗਰੁੱਪਸ ਵੀ ਬਣੇ ਹੋਣਗੇ ਵਟਸਐਪ ਦੇ ਤੁਹਾਡੇ ਸਕੂਲ ਦੇ ਜਾਂ ਐਜੂਕੇਸ਼ਨ ਡਿਪਾਰਟਮੈਂਟ ਦੇ। ਲੱਗਦਾ ਨਹੀਂ ਕਿ ਉਹ ਥੋੜ੍ਹੀ ਔਖ ਹੁੰਦੀ ਹੋਏਗੀ ਉਹਦੇ ਵਿੱਚ? ਥੋੜ੍ਹੀ ਔਖ ਤਾਂ ਹੋਏਗੀ, ਪਰ ਉਹ ਅਸੀਂ ਛੁੱਟੀ ਤੋਂ ਬਾਅਦ ਵੀ ਸ਼ਾਮ ਨੂੰ ਹੀ ਕਰ ਸਕਦੇ ਹਾਂ। ਆਨਲਾਈਨ ਵਰਕ ਬੱਚੇ ਨੂੰ ਦੇਣਾ ਹੁੰਦਾ, ਹੋਮਵਰਕ ਬੱਚੇ ਨੂੰ ਪੁੱਛਣਾ ਹੁੰਦਾ, ਉਹ ਛੁੱਟੀ ਦੇਣ ਤੋਂ ਬਾਅਦ ਵੀ ਹੋ ਸਕਦਾ, ਉਹ 'ਚ ਕੋਈ ਪ੍ਰੋਬਲਮ ਜ਼ਿਆਦਾ ਆਏਗੀ ਨਹੀਂ, ਥੋੜ੍ਹੀ ਬਹੁਤ ਆਏਗੀ ਜੋ ਬੱਚੇ ਹੌਲੀ ਹੌਲੀ ਉਹਦੇ ਮੁਤਾਬਕ ਹੋ ਜਾਏ। ਬਿਲਕੁਲ, ਆਪਾਂ ਤੁਸੀਂ ਜਿਵੇਂ ਅੱਜ ਯੂਜ਼ ਕਰਦੇ ਪਏ ਹਾਂ ਕਿ ਮੋਬਾਈਲ ਨੂੰ, ਮੋਬਾਈਲ ਇੱਕ ਮੁੱਖ ਅੰਗ ਬਣ ਚੁੱਕਾ, ਜੇ ਖਾਸ ਕਰਕੇ ਜੇ ਕੋਵਿਡ ਦੇ ਦੌਰਾਨ ਕਰ ਲਈਏ ਤਾਂ ਸ਼ਾਇਦ ਸਕੂਲਿੰਗ ਦੇ ਵਿੱਚ ਤਾਂ ਮੋਬਾਈਲ ਹੀ ਇੱਕ ਜ਼ਰੀਆ ਸੀ ਜਿਹੜਾ ਟੀਚਰਸ ਦਾ ਰਿਹਾ। ਹੁਣ ਤੁਹਾਨੂੰ ਲੱਗਦਾ ਕਿ ਮੋਬਾਈਲ ਫੋਨ ਇੱਕਦਮ ਹੀ ਤੁਹਾਨੂੰ ਆਰਡਰ ਆਉਂਦਾ ਕਿ ਮੋਬਾਈਲ ਫੋਨ ਬੰਦ ਕਰ ਦਿਓ, ਜੇਬ 'ਚ ਵੀ ਨਹੀਂ ਰੱਖਣਾ ਜਾਂ ਟੀਚਰ ਉੱਥੇ ਰੱਖਣ, ਕਿਵੇਂ ਦੇਖਦੇ ਹੋ ਫੈਸਲੇ? ਸਰ, ਕੁਛ ਹੱਦ ਤੱਕ ਠੀਕ ਹੈ ਮੋਬਾਈਲ ਫੋਨ, ਕਿਉਂਕਿ ਕਈ ਵਾਰ ਡਿਸਟਰਬੈਂਸ ਵੀ ਕ੍ਰੀਏਟ ਹੁੰਦੀ ਹੈ। ਚਲੋ ਅਸੀਂ ਨਹੀਂ ਵੀ ਸੁਣਦੇ ਫੋਨ, ਪਰ ਕਈ ਵਾਰ ਰਿੰਗ ਵੱਜ ਜਾਂਦੀ ਹੈ, ਠੀਕ ਹੈ, ਪਰ ਉਹਨੂੰ ਸਾਇਲੈਂਟ ਕਰ ਦਿੱਤਾ ਜਾਂਦਾ। ਸਰਕਾਰ ਦੀਆਂ ਹਦਾਇਤਾਂ ਬਿਲਕੁਲ ਠੀਕ ਹੈ ਕਿ ਕਲਾਸ 'ਚ ਮੋਬਾਈਲ ਫੋਨ ਜਿਹੜੇ ਆ ਉਹ
ठीक है। तो रही गल कि ऑनलाइन ऑनलाइन सानू आफ्टर छुट्टी तो बाद ही आप जो ऑनलाइन काम पा सकते हैं और बच्चों के नाल रास्ता रख सकते हैं, ठीक है। ग्रुपिंग वगैरह होंगे जिमें ऑफिशियल ग्रुप बने साडे उच्च इंस्ट्रक्शन पैंदियां जिमें मार्किंग ड्यूटी की पैंदियां। चलो फिर यह कि एक दिन सानू बाद चो जी उन्होंने इनफॉर्मेशन देनी पैनी है जिमें अज मार्किंग ड्यूटी बारे आना सी तो सानू फोन संदेश से आता वा, ठीक है। इस करके उन्होंने भी चाहिए कि ऑफिशियली मेल के उत्ते पान कि सानू जल्दी पता लग जाए कि असी उहदे ते देरी ना हो सके। कुछ प्रॉब्लम्स जिहड़ियां शुरुआती दौर च आ रही है सर, जिवें मार्किंग ड्यूटी की मैं गल की कि साडी मार्किंग ड्यूटी है जिवें उहदे च आ रहा ऑब्जरवर ड्यूटी आ वह भी आ रहा वा, बाय फोन ते मैसेज आंदे आ बोर्ड दे वलों, लेकिन जेकर फोन जमा होएगा तो मैसेज नहीं आएंगे, ठीक है। इस करके थोड़ी जी प्रॉब्लम आ रही है तो उन्होंने बोर्ड वाले भी चाहिए तो दूसरे स्कूल जिथे मार्किंग वगैरह हो रही है उन्होंने चाहिए कि एक दिन पहला साड़ी ऑफिशियली मेल दे उत्ते हो। बिल्कुल देख सकते हो कि चाहे टीचर्स ने इस गल का नहीं कोई मलाल कि उन्होंने फोन बंद कराए जा रहे हैं, फोन बंद ऑलरेडी टेबल्स के उत्ते पे ने, फोन जमा करवाए जाते हैं, लेकिन उन्होंने कहना कि कई ऐसे ऑफिशियल काम ने जो कि ऑलरेडी एक फोन के जरिए ही हो रहे हैं, व्हाट्सएप ग्रुप जो बने ने ऑफिशियल वो मैसेजेस वो मिलने जरूर थोड़े हम शुरुआती दौर मुश्किल लग रहे हैं, क्योंकि ये जो ऑर्डर्स ने जिला लैवल के ऑर्डर्स ने कुछ मैसेजेस जोड़े ने वो बोर्ड लैवल तो आते हैं, कुछ ग्रुप ऐसे ने जो होर जो डिपार्टमेंट्स के नाल जुड़े वक् वक् दूसरे जिले तो भी जो अधिकारी ने सीनियर अधिकारी उन्होंने उन्होंने मैसेजेस वो टाइम नाल नहीं मिल पाएंगे या उन्होंने वो रिवर्ट नहीं कर पाएंगे टाइम नाल, क्योंकि स्कूल टाइमिंग तो बाद ही मोबाइल जो यूज करेंगे तो यह मुश्किल जरूर होनी है। कैमरा पर्सन विक्की दे नाल गुरप्रीत चावला, जगबनी टीवी लई गुरदासपुर। देश दुनिया की हर वड्डी खबर नाल जुड़े रहने लई साडे यूट्यूब चैनल नू सबसक्राइब करो, नाल दी नाल हर नवी वीडियो दी नोटिफिकेशन लई बैल आइकन जरूर दबाओ। जेकर तुसी ए वीडियो फेसबुक ते देख रहे हो तो इस नू लाइक जरूर करो और ज्यादा तो ज्यादा शेयर भी करो। धन्यवाद।